ਹੈਲੋ ਸਟੂਡੈਂਟਸ ਵੈਲਕਮ ਹੇਅਰ ਅਗੇਨ ਔਨ ਮਾਈ ਚੈਨਲ ਜਾਣਕਾਰੀ ਹਿਤ ਮਾਈਸੈਲਫ ਹਿਤ ਆਬਿਲਾਸ਼ੀ ਸ਼ਰਮਾ ਤੁਹਾਡੇ ਨਾਲ ਗੱਲ ਕਰਾਂਗੇ ਅਕਾਊਂਟੈਂਸੀ ਦੇ ਬੜੀ ਇੰਪੋਰਟੈਂਟ ਮਹੱਤਵਪੂਰਨ ਟਾਪਿਕ ਦੇ ਉੱਤੇ ਥੈਟ ਇਜ਼ ਬਿਲਸ ਆਫ ਐਕਸਚੇਂਜ ਜਿਸ ਦੇ ਵਿੱਚ ਅੱਜ ਦਾ ਮੇਜਰ ਕੰਟੈਂਟ ਰਹੇਗਾ ਡਿਸਕਸ ਕਰਨ ਵਾਲਾ ਬਿਲਸ ਅਰਸੀਵੇਬਲ ਬਿਲਸ ਪੇਅਵਲ ਇਹ ਕੀ ਹੁੰਦੇ ਨੇ ਨਾਲ ਹੀ ਗੱਲ ਕਰਾਂਗੇ ਅਕਾਊਂਟਿੰਗ ਟ੍ਰੀਟਮੈਂਟ ਫੋਰ ਬਿਲਸ ਆਫ ਐਕਸਚੇਂਜ ਇਨ ਦਾ ਬੁక్స్ ਆਫ ਡਰਾਅਰ ਐਂਡ ਡਰਾਏ ਇਹਨਾਂ ਨੂੰ ਅਸੀਂ जो अकाउंटिंग ट्रीटमेंट है ये रिटेड अैक्टिकल प्रॉब्लम भी जो बेसिक्स ने उन्होंने डिस्कस करा लैट्स मूव हैड विद मी टू डि कॉन्टेंट ये स्टूडेंट्स वेरी इंपॉर्टेंट अलर्ट फॉर ऑल ऑफ यू सी दीडियो इन कम्प्लीट इंडल स्क्रीन ऑन यूर डिवाइस एंड यूज ईयरफोन और हेडफोन टू गैट कंप्लीट कॉन्टेंट ਕੰਪਲੀਟ ਵੀਡੀਓ ਦੇਖੋ ਐਂਡ ਤੱਕ ਦੇਖੋ ਹੈੱਡਫੋਨ ਯੂਜ਼ ਕਰੋ ਤਾਂ ਹੀ ਤੁਹਾਨੂੰ ਕੰਪਲੀਟ ਤੇ ਸਹੀ ਢੰਗ ਦੇ ਨਾਲ ਤੁਸੀਂ ਕੰਟੈਂਟ ਨੂੰ ਸਿੱਖ पाओगे ਇਸ ਤੋਂ ਇਲਾਵਾ ਇੱਕ ਬੜੀ ਮਹੱਤਵਪੂਰਨ ਸੂਚਨਾ ਸੀਦਾ ਵੀਡੀਓ ਨੰਬਰ A34 ਜਿਵੇਂ A35 ਵੀਡੀਓ ਹੈ ਇਸੇ ਤਰ੍ਹਾਂ ਇਸੇ ਚੈਨਲ ਦੇ ਉੱਤੇ A34 ਨੰਬਰ ਵੀਡੀਓ ਹੈ ਜਿਦੇ ਵਿੱਚ ਬਿਲਸ ਆਫ ਐਕਸਚੇਂਜ ਦੇ ਜੋ ਬੇਸਿਕਸ ਨੇ ਉਹਨਾਂ ਨੂੰ ਬਹੁਤ ਡਿਟੇਲ ਦੇ ਵਿੱਚ ਡਿਸਕਸ ਕੀਤਾ ਗਿਆ ਉਸ ਨੂੰ ਜ਼ਰੂਰ ਦੇਖੋ ਜੇਕਰ ਬੇਸਿਕਸ ਦੀ ਨੌਲੇਜ ਨਹੀਂ ਹੈ ਤਾਂ ਸਟੂਡੈਂਟ ਸਭ ਤੋਂ ਪਹਿਲਾਂ ਬਰੀਫ ਦੇ ਵਿੱਚ ਜਦੋਂ ਕਿ ਮੈਂ ਉਸ ਵੀਡੀਓ ਸਾਰਾ ਕੁਝ ਦੱਸ ਚੁੱਕਿਆ ਬਰੀਫ ਦੇ ਵਿੱਚ ਇੱਕ ਵਾਰੀ ਫਿਰ ਬਿਲਸ ਆਫ ਐਕਸਚੇਂਜ ਕੀ ਹੈ ਇਟਸ ਐਨ ਇਨਸਟਰੂਮੈਂਟ ਇਨ ਰਾਈਟਿੰਗ ਅੰਡਰ ਸੈਕਸ਼ਨ 5 ਆਫ ਨੇਗੋਸ਼ੀਏਬਲ ਇਨਸਟਰੂਮੈਂਟਸ ਐਕਟ ਕੰਟੇਨਡ ਐਨ ਅਨਕੰਡੀਸ਼ਨਲ ਆਰਡਰ ਸਾਈਨਡ ਬਾਈ ਦਾ ਮੇਕਰ ਡਾਇਰੈਕਟਿੰਗ ਅ ਸਰਟਨ ਪਰਸਨ ਟੂ ਪੇ ਅ ਸਮ ਆਫ ਮਨੀ ਓਨਲੀ ਟੂ অর ਟੂ ਦਾ ਆਰਡਰ ਆਫ ਸਰਟਨ ਪਰਸਨ অর ਟੂ ਦਾ ਬੀਰਰ ਆਫ ਇਨਸਟਰੂਮੈਂਟ ਇੱਕ ਲਿਖਤੀ ਡਾਕੂਮੈਂਟ ਹੈ ਜਿਸ ਦੇ ਵਿੱਚ ਬਿਨਾ ਕਿਸੇ ਕੰਡੀਸ਼ਨ ਦੇ ਉੱਤੇ ਲਿਖਣ ਵਾਲਾ ਇਹ ਆਰਡਰ ਕਰਦਾ ਹੈ ਵਿਅਕਤੀ ਨੂੰ ਕਿ ਉਹ ਕੁਝ ਜੋ ਵੀ ਪੈਸਾ ਉਸਨੇ ਲੈਣਾ ਹੈ ਉਸ ਪੈਸੇ ਨੂੰ ਪੇ ਕਰੇ ਉਸ ਨੂੰ ਜਾਂ ਉਸ ਦੇ ਆਰਡਰ ਦੇ ਉੱਤੇ ਜਿਸ ਨੂੰ ਵੀ ਹੈ ਉਸ ਨੂੰ ਉਹ ਅਮਾਉਂਟ ਪੇ ਕੀਤਾ ਜਾਵੇ ਨਿਸ਼ਚਿਤ ਸਮੇਂ ਦੇ ਉੱਤੇ ਬਿਲਸ ਆਫ ਸੇਲ ਦੀਆਂ ਜਿਹੜੀਆਂ ਪਾਰਟੀਆਂ ਨੇ ਸਟੂਡੈਂਟਸ ਤੁਹਾਨੂੰ ਮੈਂ ਦੱਸਦਾ ਡਿਟੇਲ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਦੀ ਵੀਡੀਓ ਸਾਰਾ ਕੁਝ ਬਹੁਤ ਡਿਟੇਲਸ ਦੱਸਿਆ ਫਿਰ ਵੀ ਬ੍ਰੀਫਲੀ ਦੇਖੀਏ ਤਿੰਨ ਪਾਰਟੀਆਂ ਨੇ ਮੈਂ ਡਰਾਅ ਡਰਾਈ ਐਂਡ ਪੇ ਡਰਾਅਰ ਕੋਨ ਦਾ ਪਰਸਨ ਹੂ ਇਸ਼ੂਸ ਦਾ ਬਿਲ ਆਫ ਸੇਲ অর ਰਾਈਟਸ ਦਾ ਬਿਲ ਆਫ ਸੇਲ ਜੋ ਬਿਲ ਆਫ ਸੇਲ ਨੂੰ ਲਿਖਦਾ ਹੈ ਉਹ ਡਰਾਅਰ ਹੈ ਜੋ ਜਾਰੀ ਕਰਦਾ ਹੈ ਟੂ ਪਰ ਦਾ ਪਰਸਨ ਟੂ ਹੂਮ ਦਾ ਬਿਲੋ ਫੈਕਸਚੇਜ ਇਸ਼ੂਡ ਜਿਸ ਨੂੰ ਜਾਰੀ ਕੀਤਾ ਜਾਂਦਾ ਹੈ ਹੁਕਮ ਬਿਲੋ ਫੈਕਸਚੇਜ ਦੇ ਵਿੱਚ ਪੇਮੈਂਟ ਕਰਨ ਦੇ ਲਈ ਉਹ ਡਰਾਇ ਹੈ ਦਾ ਪਰਸਨ ਟੂ ਹੂਮ ਦਾ ਪੇਮੈਂਟ ਇਜ਼ ਮੇਡ ਜਿਸ ਨੂੰ ਫਾਈਨਲ ਪੇਮੈਂਟ ਕਰ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਪਈ ਕਹਿੰਦੇ ਆਂ ਆਮ ਤੌਰ ਤੇ ਡਰਾਅਰ ਪਈ ਹੁੰਦਾ ਹੈ ਤੇ ਕੋਈ ਹੋਰ ਵਿਅਕਤੀ ਥਰਡ ਪਾਰਟੀ ਵੀ ਪਈ ਹੋ ਸਕਦੀ ਹੈ ਜਿਸ ਨੂੰ ਬਿਲ ਇਨਡੋਰਸ ਕੀਤਾ ਹੋਵੇ ਤਾਂ ਸਟੂਡੈਂਟ ਡਿਊ ਡੇਟ ਫੋਰ ਡੇਟ অর ਡੇਟ ਆਫ ਮੈਜੋਰਿਟੀ ਇਹ ਵੀ ਇੱਕ ਇੰਪੋਰਟੈਂਟ ਇਸ਼ੂ ਹੁੰਦਾ ਹੈ ਬਿਲੋ ਫੈਕਸਚੇਜ ਨੂੰ ਕਰਦੇ ਹੋਏ ਡਿਊ ਡੇਟ ਕੀ ਹੁੰਦੀ ਹੈ ਦਾ ਡੇਟ ਔਨ ਵਿਚ ਦਾ ਪੇਮੈਂਟ ਇਜ਼ ਮੇਡ অর ਐਕਸਪੈਕਟਡ ਜਿਸ ਡੇਟ ਨੂੰ ਪੇਮੈਂਟ ਕੀਤੀ ਜਾਏਗੀ ਡਿਊ ਡੇਟ ਦਾ ਢੰਗ ਕੀ ਹੁੰਦਾ ਹੈ ਜੇਕਰ ਬਿੱਲ ਦੀ ਪੇਮੈਂਟ 3 ਮਹੀਨਿਆਂ ਬਾਅਦ ਹੋਣੀ ਹੈ ਤਾਂ ਉਹਦੇ ਵਿੱਚ 3 ਦਿਨ ਗ੍ਰੇਸ ਤੇ ਐਡ ਕੀਤੇ ਜਾਂਦੇ ਨੇ ਧਿਆਨ ਰੱਖਿਓ ਤਾਂ ਹੀ ਨੈਕਸਟ ਡਿਊ ਡੇਟ ਆਂਦੀ ਹੈ ਮੰਨ ਲਓ ਕੋਈ 3 ਮਹੀਨਿਆਂ ਬਾਅਦ ਦਾ ਪੀਰੀਅਡ 1 ਜਨਵਰੀ ਬਣ ਰਿਹਾ ਤਾਂ ਉਸ 3 ਦਿਨ ਹੋਰ ਜੋੜ ਦਿਓ ਤਾਂ 4 ਜਨਵਰੀ ਡਿਊ ਡੇਟ ਬਣ ਜਾਏਗੀ ਡੇਜ਼ ਆਫ ਗ੍ਰੇਸ ਕਹਿੰਦੇ ਨੇ ਉਹਨਾਂ 3 ਦਿਨਾਂ ਨੂੰ ਜਦੋਂ ਵੀ ਅਸੀਂ ਡਿਊ ਡੇਟ ਕੈਲਕੂਲੇਟ ਕਰਾਂਗੇ ਜੋ ਬਿੱਲ ਦਾ ਪੀਰੀਅਡ ਹੈ ਉਸ ਦੇ ਵਿੱਚ 3 ਦਿਨ ਹੋਰ ਜੋੜਨੇ ਨੇ ਨੈਕਸਟ ਵਨ ਐ ਇੱਕ ਬੜੀ ਜ਼ਰੂਰੀ ਸੂਚਨਾ ਜੇਕਰ ਅਚਾਨਕ ਡਿਊ ਡੇਟ ਨੂੰ ਐਮਰਜੈਂਸੀ ਹੌਲੀਡੇ ਡਿਕਲੇਅਰ ਕਰ ਦਿੱਤੀ ਜਾਵੇ ਤਾਂ ਧਿਆਨ ਰੱਖਿਓ ਗ੍ਰੇਸ ਡੇਜ਼ ਤੋਂ ਨਾਲ ਜੇਕਰ ਡਿਊ ਡੇਟ ਨੂੰ ਜਿਹੜਾ ਡੇਢ ਬਣ ਰਹੀ ਹੈ ਐਮਰਜੈਂਸੀ ਹੌਲੀਡੇ ਡਿਕਲੇਅਰ ਹੋ ਜੇ ਤਾਂ ਜਿਹੜਾ ਡਿਊ ਡੇਟ ਹੈ ਉਹ ਇੱਕ ਦਿਨ ਨੈਕਸਟ ਵਾਲਾ ਜਿਹੜਾ ਦਿਨ ਹੈ ਉਹ ਹੁੰਦੀ ਹੈ ਅਗਲਾ ਦਿਨ will be the one day later ਜੇਕਰ ਡਿਊ ਡੇਟ ਜਿਹੜੀ ਅਸੀਂ ਗ੍ਰੇਸ ਡੇਜ਼ ਦੇ ਨਾਲ ਕੈਲਕੂਲੇਟ ਕੀਤੀ ਹੋਈ ਹੈ ਉਸ ਦਿਨ ਸੰਡੇ ਜਾਂ ਗਲਸਟਰਡ ਹੌਲੀਡੇ ਆਂਦੀ ਹੋਵੇ ਜਿਹੜੀ ਪਹਿਲਾਂ ਹੀ ਪਤਾ ਹੁੰਦਾ ਸਾਰਿਆਂ ਨੂੰ ਤਾਂ ਡਿਊ ਡੇਟ ਉਸ ਤੋਂ ਇੱਕ ਦਿਨ ਪਹਿਲਾਂ ਵਾਲੀ ਮੰਨੀ ਜਾਂਦੀ ਹੈ ਇਹ ਧਿਆਨ ਰੱਖਿਓ ਤਾਂ ਸਟੂਡੈਂਟ ਪ੍ਰੋਮਿਸਰੀ ਨੋਟ ਕੀ ਹੁੰਦਾ ਹੈ ਵੀ ਧਿਆਨ ਰੱਖੋ ਪ੍ਰੋਮਿਸਰੀ ਨੋਟ ਇਜ਼ ਅ ਲੀਗਲ ਫਾਈਨੈਂਸ਼ੀਅਲ ਟੂਲ ਡਿਕਲੇਅਰਡ ਬਾਈ ਪਾਰਟੀ ਪ੍ਰੋਮਿਸਿੰਗ ਅਨਦਰ ਪਾਰਟੀ ਟੂ ਪੇ ਦਾ ਡੈਟ ਓਨ ਅ ਪਾਰਟਿਕੂਲਰ ਡੇ ਇਟ ਇਜ਼ ਅ ਰਿਟਨ ਐਗਰੀਮੈਂਟ ਸਾਈਨਡ ਬਾਈ ਦਾ ਡਰਾਅਰ ਐਂਡ ਪ੍ਰੋਮਿਸ ਟੂ ਪੇ ਦਾ ਮਨੀ ਓਨ ਅ ਸਪੈਸਿਫਿਕ ਡੇਟ ਵ ਡਿਮਾਂਡਡ ਪ੍ਰੋਮੋਸਰੀ ਨੋਟ ਤੇ ਬਿਲੋ ਐਕਸਚੇਂਜ ਦਾ ਇਸ ਤੋਂ 34 ਏ ਵੀਡੀਓ ਦੇ ਵਿੱਚ ਬਹੁਤ ਡਿਟੇਲਸ ਹੈ ਫਿਰ ਵੀ ਬਰੀਫਲੀ ਪ੍ਰੋਮੋਸਰੀ ਨੋਟ ਇੱਕ ਤਰ੍ਹਾਂ ਦਾ ਪ੍ਰੋਮਿਸ ਹੈ ਉਸ ਵਿਅਕਤੀ ਦੁਆਰਾ ਪ੍ਰੋਮਿਸ ਕੀਤਾ ਜਾਂਦਾ ਹੈ ਦੂਸਰੀ ਪਾਰਟੀ ਨੂੰ ਜਿਸ ਨੂੰ ਉਹਨੇ ਪੈਸੇ ਦੇਣੇ ਨੇ ਕਿ ਮੈਂ ਇਹ ਵਾਲਾ ਪੈਸੇ ਤੁਹਾਨੂੰ ਪਰਟੀਕੂਲਰ ਡੇਟ ਤੱਕ ਦੇ ਦੂੰਗਾ ਸਮਝ ਲਾ ਗਿਆ ਬਿਲੋ ਐਕਸਚੇਂਜ ਪੇਮੈਂਟ ਦੇ ਲਈ ਹੁਕਮ ਹੈ ਪ੍ਰੋਮੋਸਰੀ ਨੋਟ ਵਾਅਦਾ ਕਿ ਪੇਮੈਂਟ ਕਰ ਦੂੰਗਾ ਕਲੀਅਰ ਹੋ ਗਿਆ ਵੀ ਪ੍ਰੋਮੋਸਰੀ ਨੋਟ ਦੇ ਵਿੱਚ ਪਾਰਟੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਮੇਕਰ ਔਰ ਡਰਾਰ ਦ ਮੇਕਰ ਪਰਸਨ ਹੂ ਮੇਕਸ ਐਂਡ ਸਾਈਨਸ ਆ ਨੋਟ ਜੋ ਵਾਦਾ ਕਰਦਾ ਕਿ ਡੇਟ ਆਫ ਮੈਚੋਰਿਟੀ ਨੂੰ ਪੇਮੈਂਟ ਕਰੇਗਾ ਉਹ ਮੇਕਰ ਦਾ ਡਰਾਅਰ ਹੁੰਦਾ ਪ੍ਰੋਮਿਸਰੀ ਨੋਟ ਦੇ ਵਿੱਚ ਪੇਈ ਐਂਡ ਡਰਾਇ ਕੌਣ ਹੁੰਦਾ ਦਾ ਪਰਸਨ ਹੂਜ਼ ਫੇਵਰ ਦਾ ਪ੍ਰੋਮਿਸਰੀ ਨੋਟ ਇਜ਼ ਡਰਾਨ ਇਜ਼ ਕਾਲਡ ਡਰਾਇਰ ਪੇਈ ਜਿਸ ਨੂੰ ਪੈਸੇ ਦੇਣ ਦਾ ਵਾਦਾ ਕੀਤਾ ਜਾਂਦਾ ਦਾ ਪਰਸਨ ਇਨ ਹੂਜ਼ ਫੇਵਰ ਪ੍ਰੋਮਿਸਰੀ ਨੋਟ ਇਜ਼ ਡਰਾਨ ਜਿਸ ਦੇ ਫੇਵਰ ਦੇ ਵਿੱਚ ਪ੍ਰੋਮਿਸਰੀ ਨੋਟ ਡਰਾ ਕੀਤਾ ਜਾਂਦਾ ਉਹਨੂੰ ਡਰਾਇਰ ਪੇਈ ਕਹਿੰਦੇ ਨੇ ਕਲੀਅਰ ਹੋ ਗਿਆ ਵੀ ਬਸ ਧਿਆਨ ਰੱਖਿਓ ਦਿਹਡ ਬਿਲੋਫ ਐਕਸਚੇਂਜ ਹੈ ਉਹ ਜਿਸ ਨੇ ਪੈਸੇ ਲੈਣੇ ਨੇ ਉਹ ਆਰਡਰ ਕਰਦਾ ਹੈ ਪੇ ਕਰਨ ਵਾਲੇ ਨੂੰ ਤੇ ਪ੍ਰੋਮਿਸਰੀ ਨੋਟ ਪੇ ਕਰਨ ਵਾਲਾ ਵਾਦਾ ਕਰਦਾ ਹੈ ਪੈਸੇ ਲੈਣ ਵਾਲੇ ਨੂੰ ਕਿ ਉਹ ਪੇ ਕਰ ਦੇਗਾ ਬਿਲ ਰਸੀਵੇਬਲ ਤੇ ਬਿਲਸ ਪੇਅਬਲ ਬੜੇ ਇੰਪੋਰਟੈਂਟ ਕੰਟੈਂਪਟ ਨੇ ਅਸ ਦਿਨ ਅਮਰੀਕਨ ਨੂੰ ਸਮਝਣ ਲਈ ਦ ਪਰਸਨ ਹੂ ਇਸ ਟੂ ਗੈਟ ਦਾ ਅਮਾਉਂਟ ਆਫ ਬਿਲੋਫ ਐਕਸਚੇਂਜ ਇਜ਼ ਆ ਬਿਲ ਰਸੀਵੇਬਲ ਫੋਰ ਹਿਮ ਐਸ ਸੇਲਰ ਡਰਾ ਬਿਲ ਓਨ ਪਰਚੇਸਰ similarly the amount of promissory note is also payable to the seller yes bill receivable ਕੀ ਹੁੰਦਾ ਹੈ ਪਰਸਨ ਜਿਸ ਨੇ ਬਿਲੋ ਫੋਰ ਐਕਸਚੇਂਜ ਦੇ ਪੈਸੇ ਪ੍ਰਾਪਤ ਕਰਨੇ ਨੇ ਉਹਦੇ ਲਈ ਉਹ ਬਿਲ ਰਿਸੀਵੇਬਲ ਹੁੰਦਾ ਹੈ ਕਲੀਅਰ ਹੋ ਗਿਆ ਪ੍ਰੋਮਿਸਰੀ ਨੋਟ ਜਿਸ ਨੂੰ ਉਹਨੇ ਪੇ ਕਰਨੇ ਨੇ ਪ੍ਰੋਮਿਸ ਕਰਨ ਵਾਲੇ ਨੇ ਉਹਦੇ ਲਈ ਉਹ ਵਾਲਾ ਬਿਲ ਬਿਲ ਰਿਸੀਵੇਬਲ ਹੁੰਦਾ ਜਿਸ ਨੂੰ ਪੇ ਕਰਨੇ ਨੇ ਤਾਂ ਧਿਆਨ ਰੱਖੋ ਜਿਹੜਾ ਸੈਲਰ ਹੈ ਵਸਤੂ ਨੂੰ ਵੇਚਣ ਵਾਲਾ ਕਿਉਂਕਿ ਉਹਨੇ ਕ੍ਰੈਡਿਟ ਸੇਲ ਕੀਤੀ ਹੁੰਦੀ ਹੈ ਉਹਨੂੰ ਪੈਸੇ ਮਿਲਨੇ ਨੇ ਸੈਲਰ ਹੀ ਸੈਲਰ ਦੇ ਲਈ ਜਿਹੜਾ ਬਿਲ ਆਫ ਐਕਸਚੇਂਜ ਦਾ ਪਾਰਟ ਹੈ ਉਹ ਬਿਲ ਰਸੀਵੇਬਲ ਹੁੰਦਾ ਹੈ ਬਿਲਸ ਪੇਅਬਲ ਕੀ ਹੁੰਦਾ ਆਦਰ ਹੈਂਡ ਵੈਨ ਵੀ ਟਾਕ ਅਬਾਊਟ ਦਾ ਬਿਲ ਆਫ ਐਕਸਚੇਂਜ ਬਿਲ ਆਫ ਐਕਸਚੇਂਜ ਇਜ਼ ਬਿਲ ਪੇਅਬਲ ਫਾਰ ਦਾ ਐਕਸੈਪਟਰ অর ਪਰਚੇਸਰ ਸੇਮ ਬਿਲ ਆਫ ਐਕਸਚੇਂਜ ਬਿਲ ਪੇਅਬਲ ਹੈ ਉਸ ਐਕਸੈਪਟਰ ਦੇ ਲਈ ਜਿਹਨੇ ਐਕਸੈਪਟੈਂਸ ਦਿੱਤੀ ਹੈ ਕਿ ਹਾਂ ਮੈਂ ਪੇਮੈਂਟ ਦੇ ਦੂੰਗਾ ਦਲਜੀ ਨੇ ਵਾਦਾ ਕੀਤਾ ਪ੍ਰਮੋਸਰੀ ਨੋਟਿਸ ਕੀ ਉਹ ਪੇਮੈਂਟ ਕਰ ਦੇਗਾ ਜਾਂ ਜਿਹੜਾ ਵਸਤੂਆਂ ਨੂੰ ਕ੍ਰੈਡਿਟ ਪਰਚੇਸ ਕਰਨ ਵਾਲਾ ਕਿਉਂਕਿ ਉਸਨੇ ਪੈਸੇ ਦੇਣੇ ਨੇ ਉਹਦੇ ਲਈ ਸੇਮ ਜਿਹੜਾ ਬਿੱਲ ਹੈ ਉਹ ਬਿਲ ਪੇਅਬਲ ਹੁੰਦਾ ਹੈ ਧਿਆਨ ਰੱਖੋ ਇਸ ਗੱਲ ਅਕਾਊਂਟਿੰਗ ਟ੍ਰੀਟਮੈਂਟ ਫਾਰ ਬਿਲੋ ਫਿਕਸ ਚੇਂਜ ਕੰਡੀਸ਼ਨਸ ਨੇ ਫਸਟ ਕੇਸ ਕਰ ਰਹੇ ਆ ਅਸੀਂ ਵੈਨ ਬਿਲ ਇਜ਼ ਰਿਟੇਨਡ ਬਾਏ ਦਾ ਡਰਾਅਰ ਟਿਲ ਦਾ ਡੇਟ ਆਫ ਮੈਚਿਓਰਿਟੀ ਜਿਸ ਦਿਨ ਪੇਮੈਂਟ ਹੋਣੀ ਉਸ ਡੇਟ ਤੱਕ ਜੇਕਰ ਬਿੱਲ ਡਰਾਰ ਕੋਲ ਰਹਿੰਦਾ ਹੈ ਜਿਸਨੇ ਬਿੱਲ ਲਿਖਿਆ ਜਿਸ ਨੂੰ ਪੈਸੇ ਮਿਲਨੇ ਨੇ ਮੰਨ ਲਓ ਡਰਾਰ ਦਾ ਨਾਮ ਐਮ ਹੈ ਧਿਆਨ ਰੱਖੋ ਕਲੀਅਰ ਆਪਾਂ ਵੈਸੇ ਹੀ ਮੰਨ ਕੇ ਚੱਲ ਰਹੇ ਦੂਸਰੀ ਪਾਰਟੀ ਡਰਾਈ ਹੈ ਜਿਸ ਨੂੰ ਆਰਡਰ ਕੀਤਾ ਜਾ ਰਿਹਾ ਪੇਮੈਂਟ ਕਰਨ ਦੇ ਲਈ ਮੰਨ ਲਓ ਉਹ ਐਨ ਹੈ ਸਭ ਤੋਂ ਪਹਿਲਾਂ ਗੁੱਡਸ ਕ੍ਰੈਡਿਟ ਸੇਲ ਕੀਤੀਆਂ ਸਾਨੂੰ ਸਾਰਿਆਂ ਨੂੰ ਜਨਰਲ ਐਂਟਰੀ ਪਤਾ ਹੈ ਐਨ ਨੂੰ ਸੇਲ ਕੀਤੀ ਹੈ ਤਾਂ ਐਨਸ ਅਕਾਊਂਟ ਡੈਬਿਟ ਟੂ ਸੇਲ ਕ੍ਰੈਡਿਟ ਸੇਲ ਦੀ ਐਂਟਰੀ ਬੀਇੰਗ ਗੁੱਡਸ ਸੋਲਡ ਟੂ ਐਨ ਤੇ ਦੂਸਰੇ ਪਾਸੇ ਜੇ ਤੁਸੀਂ ਡਰਾਈ ਬੁక్స్ ਦੇਖਾਂਗੇ ਜੇ ਐਮ ਨੇ ਸੇਲ ਕੀਤੀ ਹੈ ਤਾਂ ਐਨ ਦੀ ਪਰਚੇਜ਼ ਹੈ ਕ੍ਰੈਡਿਟ ਪਰਚੇਜ਼ ਪਰਚੇਜ਼ ਦੀ ਐਂਟਰੀ ਕੀ ਹੁੰਦੀ ਹੈ ਪਰਚੇਜ਼ ਅਕਾਊਂਟ ਡੈਬਿਟ ਟੂ ਐਮ ਹੁਣ ਧਿਆਨ ਨਾਲ ਸੋਚੋ ਐਮ ਨੇ ਬਿੱਲ ਲਿਖਿਆ ਐਨ ਨੇ ਉਹਨੂੰ ਅਕਸੈਪਟ ਕਰ ਲਿਆ ਜਦੋਂ ਅਕਸੈਪਟੈਂਸ ਮਿਲੀ ਤਾਂ ਉਹ ਜਿਹੜਾ ਬਿਲ ਆਫ ਐਕਸਚੇਂਜ ਹੈ ਦੋਨੋਂ ਪਾਰਟੀਆਂ ਦੇ ਲਈ ਇੱਕ ਦੇ ਲਈ ਬਿਲ ਰਸੀਵੇਬਲ ਇੱਕ ਦੇ ਲਈ ਬਿਲ ਪੇਵੇਲ ਬਣ ਗਿਆ ਤੇ ਉਹ ਇੱਕ ਲੀਗਲ ਡਾਕੂਮੈਂਟ ਬਣ ਗਿਆ when acceptance received ਫਿਰ ਉਹਦੀ ਐਂਟਰੀ ਕੀ ਹੋਏਗੀ ਬਿਲ ਰਿਸੀਵੇਬਲ ਅਕਾਊਂਟ ਡੈਬਿਟ ਟੂ ਐਂਡਸ ਅਕਾਊਂਟ ਕਲੀਅਰ ਉਸ ਤੋਂ ਬਾਅਦ ਦੂਸਰੇ ਪਾਸੇ ਜਦੋਂ ਅਸੀਂ ਡਰਾਈ ਦੀ ਬੁੱਕਸ ਕਰਦੇ ਹਾਂ ਐਂਡਸ ਅਕਾਊਂਟ ਡੈਬਿਟ ਟੂ ਬਿਲਸ ਪੇਬਲ ਇਹ ਵਾਲੀ ਐਂਟਰੀ ਹੋਏਗੀ ਦੋਨਾਂ ਦੀ ਨਰੇਸ਼ਨ ਦੇਖੋ ਐਮ ਦੇ ਲਈ ਬੀਇੰਗ ਅਕਸੈਪਟੈਂਸ ਰਿਸੀਵਡ ਤੇ ਦੂਸਰੇ ਪਾਸੇ ਬੀਇੰਗ ਅਕਸੈਪਟੈਂਸ ਗਿਵਨ ਕਿਉਂਕਿ ਸਾਨੂੰ ਪਤਾ ਹੈ ਡਰਾਈ ਅਕਸੈਪਟੈਂਸ ਦਿੰਦਾ ਹੈ ਬਿਲ ਆਫ ਐਕਸਚੇਂਜ ਦੇ ਉੱਪਰ ਕਲੀਅਰ ਜਦੋਂ ਪਹਿਲਾਂ ਗੁੱਡਸ ਵੇਚੀਆਂ ਏ ਐਂਟਰੀ ਹੋਣੀ ਹੈ ਅਕਸੈਪਟੈਂਸ ਮਿਲੀ ਉਸ ਟਾਈਮ ਉਹ ਲੀਗਲ ਡਾਕੂਮੈਂਟ ਬਣ ਜਾਂਦਾ ਹੈ ਤਾਂ ਐਮ ਡਰਾ ਹੈ ਉਹਦੇ ਲਈ ਉਹ ਬਿਲ ਰਸੀਵੇਬਲ ਹੈ ਐਨ ਡਰਾ ਹੈ ਉਹਦੇ ਲਈ ਕੀ ਹੈ ਪੇਅਵਲ ਏ ਐਂਟਰੀਜ਼ ਹੁੰਦੀਆਂ ਨੇ ਧਿਆਨ ਰੱਖੋ ਐਮ ਤੇ ਐਨ ਜਸਟ ਅਸੀਂ ਨਾਮ ਲਿਖੇ ਨੇ ਆਪਣੀ ਸੁਵਿਧਾ ਦੇ ਲਈ ਤੁਸੀਂ ਉਹਦੇ ਡਰਾ ਡਰਾ ਨਾਲ ਵੀ ਬੁਕਸ ਦੇ ਵਿੱਚ ਦੇਖੋਗੇ ਉਸ ਤੋਂ ਬਾਅਦ ਅਗਲਾ ਨੈਕਸਟ ਅਕਾਊਂਟਿੰਗ ਟ੍ਰੀਟਮੈਂਟ ਉਸ ਕੇਸ ਦੇ ਵਿੱਚ ਐਟ ਦਾ ਟਾਈਮ ਆਫ ਮੈਚਿਓਰਿਟੀ অর ਪੇਮੈਂਟ ਜਦੋਂ ਡਿਊ ਡੇਟ ਆ ਗਈ ਬਿੱਲ ਦੀ ਪੇਮੈਂਟ ਹੋਣੀ ਹੈ ਤਾਂ ਉਸ ਟਾਈਮ ਡਰਾਅਰ ਨੂੰ ਪੈਸੇ ਮਿਲਣਗੇ ਐਂਟਰੀ ਹੁੰਦੀ ਹੈ ਕੈਸ਼ ਅਕਾਊਂਟ ਡੈਬਿਟ ਟੂ ਬਿੱਲ ਰੀਸੀਵੇਬਲ ਬੀਇੰਗ ਬਿੱਲ ਮੈਚਨ ਮੈਚਿਓਰਿਟੀ ਮੈਚਿਓਰਿਟੀ ਡੇਟ ਨੂੰ ਬਿੱਲ ਦੀ ਪੇਮੈਂਟ ਹੋਗੀ ਇਸ ਤੋਂ ਵੱਡਾ ਡਰਾਇ ਹੈ ਉਹਦੇ ਲਈ ਉਹ ਬਿੱਲ ਪੇਅਬਲ ਹੈ ਬਿੱਲ ਪੇਅਬਲ ਅਕਾਊਂਟ ਹੈ ਡੈਬਿਟ ਟੂ ਕੈਸ਼ ਅਕਾਊਂਟ ਜਦੋਂ ਉਹ ਪੇਮੈਂਟ ਕਰ ਦੇਗਾ ਬੜਾ ਇੰਪੋਰਟੈਂਟ ਨੋਟ ਹੈ ਫੋਰ ਅਕਾਊਂਟਿੰਗ ਪਰਪਸ ਥੇਅਰ ਇਜ਼ ਨੋ ਡਿਫਰੈਂਸ ਬੀਟਵੀਨ ਬਿੱਲ ਆਫ ਐਕਸਚੇਂਜ অর ਪ੍ਰੋਮਿਸਰੀ ਨੋਟ ਯੈਸ ਵੈਰੀ ਪਰ ਮੌਜ਼ੀ ਨੋਟ ਲਿਖਿਆ ਜਾਵੇ ਜਾਂ ਬਿਲੋ ਫਕਸ਼ਨ ਅਕਾਊਂਟਿੰਗ ਪਰਪਸ ਤੋਂ ਸੇਮ ਹੈ ਇੱਕ ਵਾਸਤੇ ਜਿਨੇ ਪੈਸੇ ਮਿਲ ਲੈਣੇ ਨੇ ਉਹਦੇ ਵਾਸਤੇ ਬਿਲ ਰਸੀਵੇਬਲ ਹੁੰਦਾ ਤੇ ਦੂਸਰੇ ਵਾਸਤੇ ਜਿਨੇ ਪੈਸੇ ਦੇਣੇ ਨੇ ਉਹ ਲਈ ਬਿਲ ਪੇਵੇਲ ਹੁੰਦਾ ਉਹਦੇ ਪਰਪਸ ਤੋਂ ਕੋਈ ਡਿਫਰੈਂਸ ਨਹੀਂ ਹੈ ਧਿਆਨ ਰੱਖਿਓ ਅਕਾਊਂਟਿੰਗ ਪਰਪਸ ਤੋਂ ਸੈਕੰਡ ਇਨ ਕੇਸ ਆਫ ਜੀਐਸਟੀ ਦ ਐਂਟਰੀਜ਼ ਆਫ ਸੇਲ ਐਂਡ ਪਰਚੇਸ ਵਿਲ ਬੀ ਵਿਦ ਜੀਐਸਟੀ ਐਜ਼ ਇਨ ਕੇਸ ਆਫ ਨਾਰਮਲ ਜਰਨਲ ਐਂਟਰੀ ਆਫ ਸੇਲ ਐਂਡ ਪਰਚੇਸ ਰੈਸਟ ਆਫ ਦ ਐਂਟਰੀਜ਼ ਵਿਲ ਰਿਮੇਨ ਸੇਮ ਵੈਰੀ ਇੰਪੋਰਟੈਂਟ ਇਸ਼ੂ ਜੇਕਰ ਸੇਲ ਪਰਚੇਜ਼ ਜਦੋਂ ਕੀਤੀ ਆ ਉਹਨੂੰ GST ਇਨਕਲੂਡ ਹੋਵੇ ਜਿਵੇਂ ਸੇਲ ਤੇ ਪਰਚੇਜ਼ ਦੇ ਨਾਲ ਅਸੀਂ ਆਮ GST ਦੀ ਐਂਟਰੀਜ਼ ਕਰਦੇ ਹਾਂ ਜਨਰਲ ਐਂਟਰੀਜ਼ ਸਿਰਫ ਸੇਲ ਪਰਚੇਜ਼ ਦੇ ਨਾਲ GST ਦੀ ਐਂਟਰੀਜ਼ ਹੋਣੀਆਂ ਨੇ ਬਾਕੀ ਬਿਲੋਫ ਚੇਂਜ ਦੀਆਂ ਸੇਮ ਐਂਟਰੀਜ਼ ਹੋਣਗੀਆਂ ਬਾਕੀ ਐਂਟਰੀ ਸੇਮ ਰਹਿੰਦੀਆਂ ਨੇ ਇਹ ਗੱਲ ਧਿਆਨ ਰੱਖਿਓ ਨੈਕਸਟ ਸਟੂਡੈਂਟ ਇੱਕ ਐਗਜ਼ਾਮਪਲ ਲੰਦੇ ਆਪਾਂ ਨੰਮਰਿਕਲ ਪਰਪਸ ਤੋਂ 1 ਜਨਵਰੀ 2017 ਅਜੀਜ਼ ਸੋਲਡ ਗੁੱਡਸ ਟੂ ਭੂਸ਼ਣ ਦੋ 1 ਜਨਵਰੀ 2017 ਨੂੰ ਅਜੇ ਨੇ ਗੁੱਡਸ ਕਿਨੂੰ ਵੇਚੀਆਂ ਨੇ ਭੂਸ਼ਣ ਨੂੰ 41000 10000 ਦੀਆਂ ਅਜੇ ਡਰਾਜ਼ ਬਿਲੋ ਫ এক্সচেਜ ਫॉर 2 ਮੰਥਸ ਫॉर द अमाउंट ड्यू ਵਿਚ ਭੂਸ਼ਣ ਅਕਸੈਪਟ ਭੂਸ਼ਣ ਨੇ ਉਹਨੂੰ ਅਕਸੈਪਟ ਕੀਤਾ ਰਿਟਰਨਡ ਟੂ ਅਜੇ ਦੋ ਮਹੀਨੇ ਵਾਲੇ ਬਿੱਲ ਲਿਖਿਆ ਅਜੇ ਨੇ ਤੇ ਭੂਸ਼ਣ ਨੇ ਉਹਨੂੰ ਅਕਸੈਪਟ ਕਰ ਲਿਆ ਤਾਂ ਉਹ ਲੀਗਲ ਡਾਕੂਮੈਂਟ ਬਣ ਗਿਆ ਭੂਸ਼ਣ ਮੈਚ ਦਾ ਬਿਲ ઓਨ ਡਿਊ ਡੇਟ ਜਦੋਂ ਡਿਊ ਡੇਟ ਆਇਆ ਭੂਸ਼ਣ ਨੇ ਪੇਮੈਂਟ ਕਰ ਦਿੱਤੀ ਜਨਰੇਟਰੀਜ਼ ਪਾਸ ਕਰਨੀਆਂ ਨੇ ਅਸੀਂ ਅਜੇ ਤੇ ਭੂਸ਼ਣ ਅਜੇ ਨੇ ਬਿੱਲ ਲਿਆ ਸੀ ਉਹ ਡਰਾਅਰ ਹੈ ਸੈਲਰ ਹੈ ਉਹ ਨੇਚਰਲੀ ਪੈਸੇ ਇਹਨੂੰ ਮਿਲਣਗੇ ਭੂਸ਼ਣ ਨੇ ਗੁੱਡਸ ਪਰਚੇਜ਼ ਕੀਤੀਆਂ ਸੀ ਉਹਨੇ ਪੇਮੈਂਟ ਕਰਨੀ ਹੈ ਤਾਂ ਉਹ ਡਰਾਅ ਹੈ ਸਭ ਤੋਂ ਪਹਿਲਾਂ ਅਸੀਂ ਡਰਾਅਰ ਦੀ ਬੁਕਸ ਕਰੀਏ ਅਜੇ ਦੀਆਂ ਸਭ ਤੋਂ ਪਹਿਲਾਂ ਸੇਲ ਕੀਤੀ ਸਾਨੂੰ ਪਤਾ ਹੈ ਕ੍ਰੈਡਿਟ ਸੇਲ ਦੀ ਐਂਟਰੀ ਕੀ ਹੁੰਦੀ ਹੈ ਭੂਸ਼ਣ ਅਕਾਊਂਟ ਡੈਬਿਟ ਟੂ ਸੇਲ 10000 ਦੀ ਸੇਲ ਕਰਤੀ ਫਰਸਟ ਜਨਰੇਲ ਜੂਰਨਲ उस दिन बिल लिख्या कर लिया जो दो मिल गई फिर तो क्लीयर हो गया मैं दसाया कि जो अक्सैप्ट मिलती है तो जो डर ड्राई का अकाउंट है क्रेडिट हो जाता है बिल रिवेबल डेबिट जस्ट लाइक एसट बन गया बिजनेस ਉਨੇ ਵੀ ਅਸੀਂ ਡਿਊ ਡੇਟ ਮੈਂ ਇਸ ਤੋਂ ਪਹਿਲਾਂ ਵਾਲੀ ਵੀਡੀਓਜ਼ ਕੱਢਣੀ ਦੱਸੀ ਆ ਡਿਟੇਲ ਉਥੇ ਨੰਮਰੀਕਲ ਵੀ ਦੱਸਿਆ ਸੀ ਕਿਵੇਂ ਕਰੀ ਦੀਆਂ ਫਿਰ ਵੀ ਦੁਬਾਰਾ ਦੇਖੋ 1 ਜਨਵਰੀ ਦਾ ਦੇ ਵਿੱਚ 2 ਮਹੀਨੇ ਦਾ ਡਿਊ ਡੇਟ ਹੈ 1 ਫਰਵਰੀ 1 ਮਹੀਨਾ 1 ਮਾਰਚ 2 ਮਹੀਨੇ 2 ਮਹੀਨੇ ਪੂਰੇ ਹੋ ਗਏ 3 ਦਿਨ ਗ੍ਰੇਸ ਦੇ ਤਾਂ 4 ਮਾਰਚ ਬਣ ਗਈ ਡਿਊ ਡੇਟ ਪੈਸੇ ਮਿਲ ਗਏ ਕੈਸ਼ ਅਕਾਊਂਟ ਡੈਬਿਟ ਟੂ ਬਿਲ ਰਸੀਵੇਬਲ 10000 ଏਸੀ ਡਰਾਅਰ ਦੀ ਬੁక్స్ ਦੇ ਵਿੱਚ ਐਂਟਰੀਜ਼ ਡਰਾਈ ਕੋਣ ਹੈ ਭੂਸ਼ਣ ਸੇਮ ਕੁਐਸਚਨ ਜੇ ਅਜਿਨੇ ਸਿਲਕੀਤੀ ਦਾ ਭੂਸ਼ਣ ਦੀ ਐਂਟਰੀ ਕੀ ਹੋ ਗਈ ਪਰਚੇਸ ਅਕਾਊਂਟ ਡੈਬਿਟ ਟੂ ਅਜੇ 10000 ਕ੍ਰੈਡਿਟ ਪਰਚੇਸ ਅਕਸੈਪਟੈਂਸ ਦਿੱਤੀ ਹੈ ਦੇ ਵਾਸਤੇ ਬਿਲ ਪੇਅਬਲ ਹੈ ਬੀਇੰਗ ਅਕਸੈਪਟੈਂਸ ギਵਨ ਨਰੇਸ਼ਨ ਚ ਵੀ ਸ਼ੋ ਹੋ ਰਿਹਾ ਫਸਟ ਜਨਵਰੀ ਨੂੰ ਹੀ ਜਦੋਂ ਅਕਸੈਪਟੈਂਸ ਦਿੱਤੀ ਔਰ ਲੀਗਲ ਡਾਕੂਮੈਂਟ ਬਣ ਗਿਆ ਅਜੇ ਅਕਾਊਂਟ ਡੈਬਿਟ ਟੂ ਬਿਲ ਪੇਅਬਲ ਬਿਲ ਪੇਅਬਲ ਦੇ ਲਈ ਲਾਇਬਿਲਟੀ ਹੈ ਜਿਵੇਂ ਅਜੇ ਦੇ ਲਈ ਬਿਲ ਅਰਸੀਵੇਬਲ ਐਸੈਟ ਸੀ ਦੇਣਦਾਰੀ ਹੈ ਇਹ ਦੇਨਦਾਰੀ ਨੂੰ ਡਿਊ ਡੇਟ ਤੇ ਪੇ ਕੀਤਾ ਜਾਏਗਾ ਡੇ ਡਿਊ ਡੇਟ ਕਿਵੇਂ ਕੱਢੀ ਤਾਂ ਤੁਹਾਨੂੰ ਦੱਸ ਚੁੱਕੇ ਹਾਂ ਬਿਲ ਪੇਅਬਲ ਅਕਾਊਂਟ ਹੈ ਵੀ ਟੂ ਕੈਸ਼ ਬੀਇੰਗ ਬਿਲ ਪੇਡ ਓਨ ਮੈਚਿਓਰਿਟੀ ਕਲੀਅਰ ਇਹ ਅਜੇ ਤੇ ਭੂਜੰਦੀ ਬਾਕਸ ਦੇ ਵਿੱਚ ਅਸੀਂ ਐਂਟਰੀਜ਼ ਕਰਤੀਆਂ ਜਿਵੇਂ ਤੁਹਾਨੂੰ ਦੱਸ ਸੀ ਐਂ ਦੇ ਵਿੱਚ ਅਸੀਂ ਧਿਆਨ ਰੱਖੀਏ ਅਸੀਂ ਐਂਟਰੀਜ਼ ਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਪੈਰਲਲ ਕਰਕੇ ਵੀ ਸ਼ੋਅ ਕਰ ਸਕਦੇ ਹਾਂ ਧਿਆਨ ਰੱਖੋ ਕਿ ਇਧਰ ਸੇਲ ਹੋਈ ਇਹਨੇ ਪਰਚੇਸ ਕਰ ਲਈ ਇਹਦੇ ਵਾਸਤੇ ਸੇਮ ਬਿਲ ਰਿਸੀਵੇਬਲ ਹੈ ਅਜੇ ਲਈ ਭੂਜੰ ਲਈ ਬਿਲ ਪੇਅਬਲ ਹੈ ਇਨੇ ਪੇਮੈਂਟ ਕੀਤੀ ਭੂਸ਼ਣ ਨੇ ਆਜੇ ਨੂੰ ਪੇਮੈਂਟ ਮਿਲ ਗਈ ਐਵੇਂ ਪੈਰਲਲ ਕਰੋਗੇ ਤਾਂ ਕੰਪੈਰੀਜ਼ਨ ਕਰਨਾ ਆਸਾਨ ਹੋ ਜਾਂਦਾ ਹੈ ਤੇ ਅਸੀਂ ਕੋਈ ਐਂਟਰੀ ਮਿਸ ਨਹੀਂ ਕਰਾਂਗੇ ਇਸ ਤਰ੍ਹਾਂ ਕਰਕੇ ਵੀ ਅਸੀਂ ਐਂਟਰੀਜ਼ ਦੋਨੋਂ ਦਿਖਾ ਸਕਦੇ ਹਾਂ ਪਰਫਾਰਮਾ ਜਰਨਲ ਦਾ ਬਣਨਾ ਤੁਹਾਨੂੰ ਪਤਾ ਹੀ ਹੋਏਗਾ ਹਾਂਜੀ ਸਟੂਡੈਂਟਸ ਇਸ ਤੋਂ ਇਲਾਵਾ ਕਈ ਵਾਰ ਇੱਕ ਚਾਂਸ ਹੁੰਦਾ ਹੈ ਕਿ ਬਿਲ ਦੀ ਧਿਆਨ ਨਾਲ ਸੋਚਣ ਦੀ ਜ਼ਰੂਰਤ ਹੈ ਜਿਸ ਟੌਪਿਕ ਨੂੰ ਮੈਂ ਡਿਸਕਸ ਕਰਨ ਜਾ ਰਿਹਾ ਟੌਪਿਕ ਆ ਡਿਸਕਾਊਂਟਿੰਗ ਆਫ ਬਿਲ ਰਿਸੀਵੇਬਲ ਫਰੋਮ ਬੈਂਕ ਬਾਈ ਡਰਾ ਡਰਾਅਰ ਦੁਆਰਾ ਬਿੱਲ ਨੂੰ ਡਿਸਕਾਊਂਟ ਕਰਵਾ ਲਿਆ ਜਾਵੇ। ਇੱਕ ਕੇਸ ਕੀ ਹੈ ਇਹਨੂੰ ਸਮਝਿਓ। ਡਰਾਅਰ ਨੂੰ ਪੇਮੈਂਟ ਈਨ ਮਹੀਨੇ ਬਾਅਦ ਮਿਲਣੀ ਹੈ, ਚਾਰਵਾਂ ਮਹੀਨੇ ਬਾਅਦ ਮਿਲਣੀ ਹੈ। ਇਹ ਡਰਾਅਰ ਤੇ ਡਰਾਇ ਵਿੱਚ ਲਿਖਿਆ ਹੋਇਆ ਸਮਝੋਤ ਦੇ ਅਨੁਸਾਰ ਹੋਣੀ ਹੈ। ਡਰਾਅਰ ਨੂੰ ਪੈਸੇ ਮਿਲਨੇ ਨੇ ਅਚਾਨਕ ਉਹਨੂੰ ਪੈਸੇ ਦੀ ਜਲਦੀ ਜ਼ਰੂਰਤ ਹੈ। ਡਰਾਇ ਨੇ 3-4 ਮਹੀਨੇ ਆਵਾਦ ਦੇਨੇ ਨੇ। ਕਿਉਂਕਿ ਉਹ ਲੀਗਲ ਡਾਕੂਮੈਂਟ ਹੈ ਤਾਂ ਉਸ ਕੇਸ ਦੇ ਵਿੱਚ ਡਰਾਅਰ ਆਪਣੇ ਬਿੱਲ ਨੂੰ ਬੈਂਕ 'ਚੋਂ ਪਹਿਲਾਂ ਕੈਸ਼ ਕਰਵਾ ਸਕਦਾ ਹੈ ਜੇਕਰ ਬੈਂਕ ਇਹੋ ਜਿਹੀ ਫੈਸਿਲਿਟੀ ਦਿੰਦਾ ਹੈ। ਤੇ ਬਟ ਫਰੀਚ ਨਹੀਂ ਕਰੇਗਾ ਬੈਂਕ ਕੋ ਦੇ ਵਿੱਚੋਂ ਕੁਝ ਆਪਣੇ ਚਾਰਜ ਕੱਟੇਗਾ ਉਸ ਚਾਰਜਸ ਨੂੰ ਅਸੀਂ ਡਿਸਕਾਊਂਟ ਕਹਿੰਦੇ ਹਾਂ ਜਦੋਂ ਬੈਂਕ ਦੇ ਵਿੱਚੋਂ ਬਿਲ ਰਸੀਵੇਬਲ ਨੂੰ ਡਿਸਕਾਊਂਟ ਕਰਾਇਆ ਜਾਵੇ that process is known as discounting of bill receivable from bank ਤੇ ਜਦੋਂ ਪੇਮੈਂਟ ਦਾ ਟਾਈਮ ਆਏਗਾ ਉਦੋਂ ਡਰਾਈ ਸਿੱਧਾ ਬੈਂਕ ਨੂੰ ਪੇਮੈਂਟ ਕਰ ਦੇਗਾ ਤਾਂ ਉਦੋਂ ਡਰਾਅਰ ਕੋਲ ਪੇਮੈਂਟ ਨਹੀਂ ਆਂਦੀ ਕਿਉਂਕਿ ਡਰਾਅਰ ਬੈਂਕ ਤੋਂ ਬਿੱਲ ਨੂੰ ਡਿਸਕਾਊਂਟ ਕਰਵਾ ਚੁੱਕਿਆ ਹੈ ਆਓ ਇਹਨੂੰ ਸਮਝਦੇ ਆ ਇਸ ਦਾ ਕ੍ਰੈਡਿਟਰ ਔਰ ਡਰਾਅਰ ਨੀਡਸ ਮਨੀ ਬਿਫੋਰ ਡਿਊ ਡੇਟ ਫॉर ਥਿਸ ਡਿਸਕਾਊਂਟਡ ਫਰੋਮ ਬੈਂਕ ਆਫ ਬਿੱਲ ਨੂੰ ਕਿੱਥੋਂ ਕਰਾਉਂਦਾ ਡਿਸਕਾਊਂਟ ਕਰਾਉਂਦਾ ਡਿਸਕਾਊਂਟਿੰਗ ਆਫ ਬਿੱਲ ਰੈਫਰਸ ਟੂ ਇਨਕੈਸ਼ਮੈਂਟ ਆਫ ਬਿੱਲ ਬਿਫੋਰ ਦਾ ਡੇਟ ਆਫ ਇਟਸ ਮੈਚਿਓਰਿਟੀ ਡਿਸਕਾਊਂਟਿੰਗ ਦਾ ਮਤਲਬ ਹੁੰਦਾ ਡਿਊ ਡੇਟ ਤੋਂ ਪਹਿਲਾਂ ਹੀ ਇਨਕੈਸ਼ ਕਰਵਾ ਲੈਣਾ ਬਿੱਲ ਨੂੰ ਬੈਂਕ ਦੇ ਵਿੱਚੋਂ ਡੇਟ ਆਫ ਮੈਚਿਓਰਿਟੀ ਤੋਂ ਪਹਿਲਾਂ ਹੀ ਦਾ ਬੈਂਕ ਡਿਡਕਟਸ ਇਸ ਚਾਰजेस ਫਰੋਮ ਦਾ ਬਿੱਲ ਬੈਂਕ ਉਹਦੇ ਵਿੱਚੋਂ ਆਪਣੇ ਖਰਚੇ ਕੱਟ ਲੈਂਦਾ ਉਹਨਾਂ ਖਰਚਿਆਂ ਨੂੰ ਅਸੀਂ ਕੀ ਕਹਿੰਦੇ ਆ ਡਿਸਕਾਊਂਟ ਦਾ ਬੈਂਕ ਸ਼ਲ ਮੇਕ ਦਾ ਪੇਮੈਂਟ ਟੂ ਦਾ ਬਿੱਲ ਆਫਟਰ ਡਿਡਕਟਿੰਗ ਸਮ ਇੰਟਰਸਟ ਜਿਹਨੂੰ ਇੰਟਰਸਟ ਕਹਿ ਸਕਦੇ ਆ ਡਿਸਕਾਊਂਟ ਕਹਿ ਸਕਦੇ ਆ ਤਾਂ ਇਸ ਸਾਰੇ ਪ੍ਰੋਸੈਸ ਨੂੰ ਅਸੀਂ ਡਿਸਕਾਊਂਟਿੰਗ ਆਫ ਬਿਲ ਕਹਿੰਦੇ ਆ। ਥਿਸ ਪ੍ਰੋਸੈਸ ਆਫ ਇਨਕੈਸ਼ਿੰਗ ਦਾ ਬਿਲ ਵਿਦ ਦਾ ਬੈਂਕ ਇਜ਼ ਕਾਲਡ ਡਿਸਕਾਊਂਟਿੰਗ ਆਫ ਬਿਲ। ਕਲੀਅਰ ਹੋ ਗਿਆ? ਹੁਣ ਆਪਾਂ ਇਹਦੀ ਜਰਨਲ ਐਂਟਰੀਜ਼ ਦੇਖਦੇ ਆ اکاؤنٹਿੰਗ ਟ੍ਰੀਟਮੈਂਟ ਕੀ ਹੁੰਦਾ ਹੈ ਇਸ ਕੇਸ ਦੇ ਵਿੱਚ। ਧਿਆਨ ਨਾਲ ਰਿਸਿਟ ਨੂੰ ਦੇਖੋ اکاؤنٹਿੰਗ ਟ੍ਰੀਟਮੈਂਟ ਫੋਰ ਬਿਲਜ਼ ਆਫ ਐਕਸਚੇਂਜ ਵੈਨ ਬਿਲ ਇਜ਼ ਡਿਸਕਾਊਂਟਡ ਫਰਮ ਬੈਂਕ ਵਾਈਟ ਡਰਾਅਰ। ਜੇਕਰ ਡਰਾਅਰ ਦੁਆਰਾ ਬਿਲ ਉਹੀ ਡਰਾਅਰ ਮੰਨ ਲਓ ਡਰਾ ਐਮ ਤੇ ਐਨ ਨੇ ਅਸੀਂ ਇੱਕ اکاؤنٹਿੰਗ ਟ੍ਰੀਟਮੈਂਟ ਵਾਸਤੇ ਐਂਟਰੀਜ਼ ਨੂੰ ਅਸੀਂ ਨਾਮ ਮੰਨ ਲਿਆ ਕਿ ਡਰਾਅ एम टी एन ए ਸਭ ਤੋਂ ਪਹਿਲਾਂ ਜਦੋਂ ਜੇਕਰ ਬਿੱਲ ਨੂੰ ਬੈਂਕ ਤੋਂ ਡਿਸਕਾਊਂਟ ਕਰਾਇਆ ਜਾਂਦਾ ਹੈ ਪਹਿਲੀਆਂ ਦੋ ਐਂਟਰੀਜ਼ ਤਾਂ ਸੇਮ ਨੇ ਵੈਨ ਗੁੱਡਸ ਸੋਲਡ ਔਨ ਕ੍ਰੈਡਿਟ ਵਸਤੂਆਂ ਵੇਚੀਆਂ ਐਨ ਅਕਾਊਂਟ ਡੈਬਿਟ ਟੂ ਸੇਲ ਇਧਰ ਪਰਚੇਜ਼ ਹੋ ਗਈ ਡਰਾਇ ਨੇ ਪਰਚੇਜ਼ ਕਰ ਲਈਏ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਫਿਰ ਬਿੱਲ ਲਿਖਿਆ ਜਾਂਦਾ ਹੈ ਤੇ ਡਰਾ ਡਰਾਇਆ ਉਹਦੇ ਤੇ ਐਕਸੈਪਟੈਂਸ ਦੇ ਦਿੰਦਾ ਆਪਣੀ ਸਹਿਮਤੀ ਦੇ ਦਿੰਦਾ ਫਿਰ ਉਹ ਲੀਗਲ ਡਾਕੂਮੈਂਟ ਬਣ ਜਾਂਦਾ ਹੈ ਡਰਾਅਰ ਵਾਸਤੇ ਉਹ ਬਿੱਲ ਰਸੀਵੈਬਲ ਬਣ ਗਿਆ ਬਿੱਲ ਰਸੀਵੈਬਲ ਅਕਾਊਂਟ ਡੈਬਿਟ ਟੂ ਐਨ ਡਰਾਇ ਵਾਸਤੇ ਉਹ ਬਿਲ ਪੇਅਬਲ ਬਣ ਜਾਂਦਾ ਐਮ ਅਕਾਊਂਟ ਡੈਬਿਟ ਟੂ ਬਿਲ ਪੇਅਬਲ ਇਹ ਐਂਟਰੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਇਸ ਤੋਂ ਬਾਅਦ ਬਿਲ ਨੂੰ ਬੈਂਕ ਤੋਂ ਡਿਸਕਾਊਂਟ ਕਰਾ ਲਿਆ ਜਦੋਂ ਡਿਸਕਾਊਂਟ ਕਰਾਇਆ ਜਾਂਦਾ ਇਨ ਦਾ ਬੁక్స్ ਆਫ ਡਰਾਇ ਡਰਾਰ ਕੋਲ ਪੈਸੇ ਆ ਗਏ ਉਹਦੇ ਬੈਂਕ ਅਕਾਊਂਟਸ ਬੈਂਕ ਅਕਾਊਂਟ ਡੈਬਿਟ ਡਿਸਕਾਊਂਟ ਅਕਾਊਂਟ ਡੈਬਿਟ ਟੂ ਬਿਲਰ ਸਿਵੇਬਲ ਲੇਕਿਨ ਧਿਆਨ ਰੱਖੋ ਜਦੋਂ ਬੈਂਕ ਤੋਂ ਡਿਸਕਾਊਂਟ ਕਰਾਇਆ ਜਾਂਦਾ ਉਹ ਡਰਾਇ ਦੀ ਬੁక్స్ ਦੇ ਵਿੱਚ ਕੋਈ ਐਂਟਰੀ ਨਹੀਂ ਹੁੰਦੀ ਨੋ ਐਂਟਰੀ ਇਨ ਦਾ ਬੁక్స్ ਆਫ ਡਰਾਇ ਕਿਉਂਕਿ ਡਰਾਇ ਦਾ ਉਸ ਨਾਲ ਕੋ ਡ్రਾਈ ਨੇ ਤਾਂ ਜਦੋਂ ਡਿਊ ਡੇਟ ਆਣੀ ਉਹਦੇ ਪੇਮੈਂਟ ਕਰ ਦੇਣੀ ਹੈ ਡਿਊ ਡੇਟ ਆਈ ਪੇਮੈਂਟ ਕਰਤੀ ਹੁਣ ਐਟ ਦਾ ਟਾਈਮ ਆਫ ਮੈਚਿਓਰਿਟੀ ਡ్రਾਈ ਨੇ ਉਸੇ ਤਰ੍ਹਾਂ ਹੀ ਪੇਮੈਂਟ ਕਰਤੀ ਜਿਵੇਂ ਪਹਿਲਾਂ ਕਰਦੇ ਆ ਰਹੇ ਬਿਲ ਪੇਅ ਵਾਲਾ ਅਕਾਊਂਟ ਡੈਬਿਟ ਟੂ ਕੈਸ਼ ਜਾਂ ਬੈਂਕ ਕੁਝ ਵੀ ਲਿਖ ਸਕਦੇ ਆ ਉਹ ਇਫੈਕਟ ਪੈਂਦਾ ਤੇ ਜਦੋਂ ਮੈਚਿਓਰਿਟੀ ਡੇਟ ਨੂੰ ਪੇਮੈਂਟ ਕੀਤੀ ਤਾਂ ਇਹ ਪੈਸੇ ਕਿੱਥੇ ਜਾਣਗੇ ਬੈਂਕ ਕੋਲ ਉਸ ਹਾਲਾਤ ਚ ਐਟ ਦਾ ਟਾਈਮ ਆਫ ਮੈਚਿਓਰਿਟੀ ਥੇਰ ਵਿਲ ਬੀ ਨੋ ਐਂਟਰੀ ਇਨ ਦਾ ਬੁక్స్ ਆਫ ਡ్రਾਈ ਡ్రਾਈ ਦੀ ਬੁక్స్ ਵਿੱਚ ਕੋਈ ਐਂਟਰੀ ਨਹੀਂ ਹੁੰਦੀ ਧਿਆਨ ਰੱਖੋ ਆਪਾਂ ਇਹ ਨਾਲ ਰਿਲੇਟਡ ਇੱਕ ਨੰਮਰਿਕਲ ਪ੍ਰੋਬਲਮ ਦੇਖਦੇ ਆਂ ਵਿਨੋਦ ਸੋਲਡ ਗoods ਟੂ ਦਰਵਾਰਾ ਸਿੰਘ ਫੋਰ 1000 ਵਿਨੋਦ ਨੇ 1000 ਦੀਆਂ ਚੀਜ਼ਾਂ ਦਰਵਾਰਾ ਸਿੰਘ ਨੂੰ ਵੇਚੀਆਂ ਹੀ ਡਰੂ ਆਨ ਲੇਟਰ ਆ ਬਿਲ ਫੋਰ ਦ ਅਮਾਉਂਟ ਪੇਅਬਲ ਆਫਟਰ 3 ਮੰਥਸ ਡੇਟ 3 ਮਹੀਨਿਆਂ ਦੀ ਡੇਟ ਬਾਅਦ ਜਿਹੜਾ ਬਿਲ ਡਿਊ ਹੋ ਸਕਦਾ ਸੀ ਪੇਮੈਂਟ ਦੇ ਲਈ ਉਹ ਲਿਖਿਆ ਗਿਆ ਮਤਲਬ ਮਨਜ਼ੂਰ ਹੋ ਗਿਆ ਬਿਲ ਵਾਲਾ ਪ੍ਰੋਸੈਸ ਪੂਰਾ ਹੋ ਗਿਆ ਹੀ ਡਿਸਕਾਊਂਟਡ ਦ ਬਿਲ ਵਿਦ ਹਿਸ ਬੈਂਕਰ ਫੋਰ 990 ਉਹਨੇ ਉਹ ਬਿਲ ਸੀ ਬੈਂਕ ਤੋਂ ਡਿਸਕਾਊਂਟ ਕਰਾਇਆ 990 ਵਿੱਚ अनमैच्योरिटी ਦਾ ਬਿੱਲ ਇਜ਼ ਡਿਊਲੀ ਮੈਟ ਮੈਚਿਓਰਿਟੀ ਡੇਟ ਨੂੰ ਬਿੱਲ ਦੀ ਪੇਮੈਂਟ ਵੀ ਹੋ ਗਈ ਜਰਨਲ ਐਂਟਰੀ ਇਸ ਪਾਸ ਕਰਨੀ ਹੈ ਅਸੀਂ ਵਿਨੋਦ ਐਂਡ ਦਰਵਾਰਾ ਚ ਵਿਨੋਦ ਸੈਲਰ ਹੈ ਡਰਾਅਰ ਹੋ ਗਿਆ ਕਿਉਂਕਿ ਇਹ ਬਿੱਲ ਲਿਖੇਗਾ ਆਰਡਰ ਕਰੇਗਾ ਦਰਵਾਰਾ ਪਰਚੇਜ਼ਰ ਹੈ ਇਹਨੇ ਵਸਤੂਆਂ ਖਰੀਦੀਆਂ ਨੇ ਤਾਂ ਇਹ ਡਰਾਇ ਹੈ ਇਹ ਬਿੱਲ ਨੂੰ ਅਕਸੈਪਟੈਂਸ ਦੇਗਾ ਇਹ ਪ੍ਰੋਸੈਸ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਣਾ 1000 ਦਾ ਬਿੱਲ ਹੈ ਕਨਸੈਪਟ ਧਿਆਨ ਰੱਖਿਓ 990 ਚ ਡਿਸਕਾਊਂਟ ਕਰਾਇਆ ਗਿਆ ਤੇ 10 ਰੁਪਏ ਕੀ ਹੈ ਡਿਸਕਾਊਂਟ ਕਲੀਅਰ ਡੇਟ ਨਹੀਂ ਹੈ ਤਾਂ ਤੁਹਾਨੂੰ ਸਾਫ਼ ਦੱਸਦਾ ਜੇ ਡੇਟ ਹੁੰਦੀ ਤਿੰਨ ਮਹੀਨੇ ਜਿਹੜੀ ਵੀ ਹੁੰਦੀ ਅਸੀਂ ਐਡ ਕਰਦੇ ਤੇ ਉਸ ਤਿੰਨ ਦਿਨ ਗ੍ਰੇਸ ਤੇ ਵੀ ਐਡ ਕਰਦੇ ਕਲੀਅਰ ਡੇਟ ਨਹੀਂ ਹੈ ਤਾਂ ਡੇਟ ਵਾਲਾ ਕਾਲਮ ਖਾਲੀ ਜਾਂਦਾ ਹੁਣ ਬੁక్స్ ਆਫ ਵਿਨੋਦ ਵਿਨੋਦ ਦੀ ਬੁక్స్ ਦੇਖੋ ਸਭ ਤੋਂ ਪਹਿਲਾਂ ਸੇਲ ਕੀਤੀ ਦਰਵਾਰਾ ਸਿੰਘ ਅਕਾਊਂਟ ਡੈਬਿਟ ਟੂ ਸੇਲ 1000 1000 ਇਹ ਕੰਪਲੀਟ ਲੈਜਰ ਬਣਾ ਕੇ ਜੇ ਡੇਟ ਹੁੰਦੀ ਤਾਂ ਅਸੀਂ ਇੱਥੇ ਡੇਟ ਵੀ ਸ਼ੋ ਕਰਦੇ ਪਹਿਲਾਂ ਇਅਰ ਲਿਖ ਕੇ ਫਿਰ ਮੰਥ ਸੈਂਟ ਡੇਟ ਬੀਇੰਗ ਗੁੱਡ ਸੋਲਡ ਟੂ ਦਰਵਾਰਾ ਸਿੰਘ ਜਦੋਂ ਇੱਧਰ ਸੇਲ ਹੈ ਤਾਂ ਇਹਦਾ ਬੁక్స్ ਆਫ ਦਰਵਾਰਾ ਸਿੰਘ ਦਰਵਾਰਾ ਸਿੰਘ ਕੋਨੇ ਡਰਾਏ ਇਹ ਕੋਨੇ ਡਰਾਏ ਡਰਾਰ ਵਿਨੋਦ ਡਰਾਏ ਦੀ ਬੁక్స్ ਦੇ ਵਿੱਚ ਕੀ ਹੈ ਉਹਨੇ ਪਰਚੇਸ ਕਰ ਲਈ ਪਰਚੇਸ ਅਕਾਊਂਟ ਡੈਬਿਟ ਹੋ ਵਿਨੋਦ ਵਿਨੋਦ ਨੂੰ ਪੈਸੇ ਦੇਣ ਵਾਲੇ ਬਣ ਗਏ ਉਸ ਤੋਂ ਬਾਅਦ ਦਰਵਾਰਾ ਸਿੰਘ ਤੋਂ ਪੈਸੇ ਲੈਣੇ ਸੀ ਤਾਂ ਇਹ ਵਿਨੋਦ ਵਿਨੋਦ ਨੇ ਬਿੱਲ ਲਿਖਿਆ ਦਰਵਾਰਾ ਨੇ ਐਕਸੈਪਟ ਕਰ ਲਿਆ ਬਿੱਲ ਰਸੀਵੇਇਬਲ ਤੇ ਬਿੱਲ ਪੇਏਬਲ ਲੀਗਲ ਡਾਕੂਮੈਂਟ ਬਣ ਗਿਆ ਵਿਨੋਦ ਵਾਸਤੇ ਬਿੱਲ ਰਿਸੀਵੇਬਲ ਹੈ ਬਿੱਲ ਰਿਸੀਵੇਬਲ ਅਕਾਊਂਟ ਡੈਬਿਟ ਟੂ ਦਰਵਾਰਾ ਸਿੰਘ ਜਿਹੜਾ ਬਿੱਲ ਆਫ ਐਕਸਚੇਂਜ ਸੀ ਉਹ ਲੀਗਲ ਡਾਕੂਮੈਂਟ ਬਣ ਚੁੱਕੇ 1000 1000 ਤੇ ਉਧਰਲੇ ਪਾਸੇ ਉਹਨੇ ਐਕਸੈਪਟੈਂਸ ਦਿੱਤੀ ਸੀ ਦਰਵਾਰਾ ਸਿੰਘ ਨੇ ਉਹਦੇ ਲਈ ਬਿੱਲ ਪੇਬਲ ਹੈ ਵਿਨੋਦ ਅਕਾਊਂਟ ਡੈਬਿਟ ਟੂ ਬਿੱਲ ਪੇਬਲ ਬੀਇੰਗ ਬਿੱਲ ਡਰਨ ਬਾਈ ਦਾ ਵਿਨੋਦ ਐਕਸੈਪਟਡ ਜਿਹੜਾ ਬਿੱਲ ਡਰਾ ਕੀਤਾ ਸੀ ਵਿਨੋਦ ਨੇ ਐਕਸੈਪਟ ਕਰ ਲਿਆ ਓਕੇ ਜਿਹੜਾ ਵਿਨੋਦ ਨੇ ਬਿੱਲ ਡਰਾ ਕੀਤਾ ਗਿਆ ਸੀ ਉਹਨੂੰ ਐਕਸੈਪਟ ਕਰ ਲਿਆ ਗਿਆ ਦਰਵਾਰਾ ਸਿੰਘ ਨੇ ਇਸ ਤੋਂ ਬਾਅਦ ਕੀ ਹੋਇਆ ਉਹਨੇ ਬਿੱਲ ਨੂੰ ਡਿਸਕਾਊਂਟ ਕਰਾ ਲਿਆ ਕਿਸਨੇ ਵਿਨੋਦ ਨੇ ਡਰਾਰ ਨੇ ਬੈਂਕ ਦੇ ਵਿੱਚੋਂ ਬੈਂਕ ਅਕਾਊਂਟ ਡੈਬਿਟ ਡਿਸਕਾਊਂਟ ਅਕਾਊਂਟ ਡੈਬਿਟ ਟੂ ਬਿਲ ਰੀਸੀਵੇਬਲ 990 ਚ ਡਿਸਕਾਊਂਟ ਕਰਾਇਆ 10 ਡਿਸਕਾਊਂਟ ਹੋ ਗਿਆ 1000 ਦਾ ਬਿਲ ਰੀਸੀਵੇਬਲ ਸੀ ਜਦੋਂ ਡਿਸਕਾਊਂਟ ਕਰਾਇਆ ਜਾਂਦਾ ਹੈ ਤਾਂ ਦਰਵਾਰਾ ਸਿੰਘ ਦੀ ਬੁਕਸ ਦੇ ਵਿੱਚ ਕੋਈ ਐਂਟਰੀ ਨਹੀਂ ਆਏਗੀ ਧਿਆਨ ਰੱਖਿਓ ਨਹੀਂ ਆਏ ਇੱਥੇ ਫਿਰ ਡਿਊ ਡੇਟ ਆ ਗਈ ਡਿਊ ਡੇਟ ਨੂੰ ਨੇ ਬਿਲ ਦੀ ਪੇਮੈਂਟ ਕਰਤੀ ਦਰਵਾਰਾ ਸਿੰਘ ਨੇ ਬਿਲ ਪੇ ਵਾਲਾ ਅਕਾਊਂਟ ਡੈਬਿਟ ਟੂ ਬੈਂਕ ਜਾਂ ਕੈਸ਼ ਉਸ ਹਾਲਤ ਵਿੱਚ ਵਿਨੋਦ ਦੀ ਬੁక్స్ ਦੇ ਵਿੱਚ ਕੋਈ ਐਂਟਰੀ ਨਹੀਂ ਆ ਧਿਆਨ ਰੱਖੋ ਕਿਉਂਕਿ ਉਹਦੇ ਕੋਲ ਪੇਮੈਂਟ ਨਹੀਂ ਆਣੀ ਉਹ ਆਲਰੇਡੀ ਬੈਂਕ ਚੋਂ ਡਿਸਕਾਊਂਟ ਕਰਵਾ ਚੁੱਕਿਆ ਹੈ ਪੇਮੈਂਟ ਸਿੱਧੀ ਬੈਂਕ ਨੂੰ ਜਾਏਗੀ ਵਿਨੋਦ ਦੀ ਬੁక్స్ ਐਂਟਰੀ ਨਹੀਂ ਆਣੀ ਥੈਟ ਇਜ਼ ਦਾ ਨੰਮਰਿਕਲ ਪ੍ਰੋਬਲਮ ਸਟੂਡੈਂਟਸ ਕਲੀਅਰ ਪੇਸ਼ੈਂਟਲੀ ਦੇਖੋ ਇੱਕ ਸਟੋਰੀ ਬਣਾ ਕੇ ਸੋਚੋ ਇਸ ਨੂੰ ਪਹਿਲਾਂ ਸੇਲ ਦਾ ਪਰਚੇਸ ਹੁੰਦੀ ਹੈ ਦੋ ਪਾਰਟੀਆਂ ਨੇ ਇੱਕ ਡਰਾਅਰ ਇੱਕ ਡਰਾਈ ਹੈ ਬਿੱਲ ਲਿਖਿਆ ਜਾਂਦਾ ਹੈ ਫਿਰ ਦੂਸਰਾ ਅਕਸੈਪਟੈਂਸ ਦਿੰਦਾ ਉਦੋਂ ਜਿਹੜਾ ਬਿਲੋ ਫ এক্সচেਜ ਹੈ ਡਰਾਅ ਦੇ ਲਈ ਬਿਲ ਰਸੀਵੀਬਲ ਬਣ ਜਾਂਦਾ ਹੈ ਉਹਦੀ ਐਸੈਟ ਤੇ ਡਰਾਅ ਦੇ ਲਈ ਕਿਉਂਕਿ ਉਹਨੇ ਪੇਮੈਂਟ ਕਰਨੀ ਹੈ ਬਿਲ ਪੇਅਰ ਉਹਦੀ ਲਾਇਬਿਲਟੀ ਬਣ ਜਾਂਦਾ ਹੈ ਤੇ ਜੇਕਰ ਡਿਸਕਾਊਂਟ ਹੋਵੇ ਅਗਰ ਡਿਸਕਾਊਂਟ ਵਾਲੀ ਐਂਟਰੀ ਆਦਰਵਾਇਜ਼ ਦਾ ਪੇਮੈਂਟ ਕਰ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਇੱਕ ਕੁਐਸਚਨ ਹੋਰ ਕਰਦੇ ਆਪਾਂ ਇਹਨੂੰ ਪੱਕਾ ਕਰਨ ਦੇ ਲਈ ਦਿਨੇਸ਼ ਰੀਸੀਵਡ ਫਰਮ ਸ਼੍ਰੀਧਰ ਐਂਡ ਅਕਸੈਪਟੈਂਸ ਆਫ ਰੁਪੀ 3000 ਔਨ 1ਸਟ ਸੈਪਟੈਂਬਰ 2012 ਐਟ 3 ਮੰਥਸ 3000 ਦੀ ਅਕਸੈਪਟੈਂਸ ਮਿਲੀ ਹੈ ਸਿੱਧੀ ਅਕਸੈਪਟੈਂਸ ਸੇਲ ਪਰਚੇਸ ਦੀ ਨਹੀਂ ਹੈ from श्रीधर तक एक्सेप्टेंस मिल गई दिनेश ਨੂੰ ਮਿਲਿਆ दिनेश ਡਰਾਅਰ ਹੋ ਗਿਆ श्रीधर ਕੌਣ ਹੋ ਗਿਆ ਡਰਾਇ 1 ਸਤੰਬਰ 2012 ਨੂੰ ਯਾਦ ਰੱਖਿਓ 3 ਮਹੀਨੇ ਦੀ ਡਿਊ ਡੇਟ दिनेश ਗੋਟ ਦਾ ਐਕਸੈਪਟੈਂਸ ਡਿਸਕਾਊਂਟਡ ਐਟ 9% ਪਰ ਐਨਮ ਫਰਮ ਹਿਸ ਬੈਂਕ ਬੈਂਕ ਤੋਂ ਉਹਨੇ ਡਿਸਕਾਊਂਟ ਕਰਾ ਲਿਆ 3% ਪਰ ਐਨਮ ਦੇ ਹਿਸਾਬ ਦੇ ਨਾਲ ਸਾਲ ਦਾ 9% ਹੈ ਧਿਆਨ ਰੱਖਿਓ ਡਿਸਕਾਊਂਟ ਅਸੀਂ 3 ਮਹੀਨੇ ਆ ਦਾ ਗੱਡਾਂਗੇ ਕਿਉਂਕਿ 3 ਮਹੀਨਿਆਂ ਦੀ ਡਿਊ ਡੇਟ ਦਾ ਹੈ ਔਨ ਡਿਊ ਡੇਟ ਸ਼੍ਰੀਧਰ ਪੇਡ ਦਾ ਰਿਕੁਆਇਰਡ ਅਮਾਉਂਟ ਸ਼੍ਰੀਧਰ ਨੇ ਪੇਮੈਂਟ ਕਰਤੀ ਡਿਊ ਡੇਟ ਨੂੰ ਗਿਵ ਜਰਨਲ ਐਂਟਰੀ ਇਨ ਦਾ ਬੁੱਕਸ ਆਫ ਦਿਨੇਸ਼ ਐਂਡ ਸ਼੍ਰੀਧਰ ਦੋਨਾਂ ਦੀ ਬੁੱਕਸ ਐਂਟਰੀਜ਼ ਯੈਸ ਸਟੂਡੈਂਟ ਸਭ ਤੋਂ ਪਹਿਲਾਂ ਇਨ ਦਾ ਬੁੱਕਸ ਆਫ ਦਿਨੇਸ਼ ਦੂਸਰਾ ਹੈ ਸ਼੍ਰੀਧਰ ਦਿਨੇਸ਼ ਕੋਨ ਐ ਡਰਾਰ ਸ਼੍ਰੀਧਰ ਨੇ ਐਕਸੈਪਟੈਂਸ ਦਿੱਤੀ ਸੀ ਸ਼੍ਰੀਧਰ ਲਈ ਬਿੱਲ ਪੇਏਬਲ ਹੈ ਦਿਨੇਸ਼ ਨੂੰ ਐਕਸੈਪਟੈਂਸ ਮਿਲੀ ਸੀ ਤਾਂ ਉਹਦੇ ਲਈ ਉਹ ਬਿੱਲ ਰਸੀਵੇਬਲ ਹੈ 1 ਸਪਟੰਬਰ 2012 ਬਿੱਲ ਰਸੀਵੇਬਲ ਅਕਾਊਂਟ ਡੈਬਿਟ ਟੂ ਸ਼੍ਰੀਧਰ ਅਕਾਊਂਟ 3000 3000 ਇਸੇ ਤਰ੍ਹਾਂ ਡਰਾਈ ਦੀ ਬੁੱਕ ਦੇ ਵਿੱਚ ਦਿਨੇਸ਼ ਅਕਾਊਂਟ ਡੈਬਿਟ ਟੂ ਬਿਲਸ ਪੇਏਬਲ ਕਲੀਅਰ ਫਿਰ ਕੀ ਹੋਇਆ ਸੇਮ ਡੇਟ ਨੂੰ 1 ਸੈਪਟੈਂਬਰ ਨੂੰ ਨੇ ਬੈਂਕ ਤੋਂ ਡਿਸਕਾਊਂਟ ਕਰਵਾ ਲਿਆ ਬੈਂਕ ਅਕਾਊਂਟ डेबिट ਡਿਸਕਾਊਂਟ ਅਕਾਊਂਟ ਹੈビ ਟੂ ਬਿਲ ਰਿਸੀਵੇਬਲ ਧਿਆਨ ਨਾਲ ਡਿਸਕਾਊਂਟ ਕਿਵੇਂ ਕੈਲਕੂਲੇਟ ਕਰਨਾ ਹੈ 3000 ਰੁਪੀਸ ਦੇ ਉੱਤੇ ਅਸੀਂ 9% ਕੈਲਕੂਲੇਟ ਕਰਨਾ ਹੈ ਮਲਟੀਪਲਾਈਡ ਬਾਈ 9 ਦੇਖੋ ਧਿਆਨ ਨਾਲ ਮਲਟੀਪਲਾਈਡ ਬਾਈ 9 3 ਮਹੀਨਿਆਂ ਲਈ ਗੁਣਾ 3/12 ਮਲਟੀਪਲਾਈਡ ਬਾਈ 3 ਡਿਵਾਈਡਡ ਬਾਈ 12 ਤਾਂ ਕੈਲਕੂਲੇਟਰ ਲਾ ਕੇ 68 ਰੁਪੀਸ ਆ ਗਿਆ ਅਪਰੋਕਸੀਮੇਟਲੀ ਤਾਂ 68 ਰੁਪਏ ਡਿਸਕਾਊਂਟ ਹੋ ਗਿਆ। ਦਿਸ ਮੀਨਸ ਬੈਂਕ ਦੇ ਵਿੱਚ ਪੈਸੇ ਕਿੰਨੇ ਆਏ ਜਦੋਂ ਡਿਸਕਾਊਂਟ ਕਰਾਇਆ ਗਿਆ ਤਾਂ ਉਹਨੂੰ ਬੈਂਕ ਤੋਂ 2932 ਰੁਪਏ ਮਿਲ ਗਏ 2932 3000 ਦਾ ਬਿਲਡ ਰਿਸੀਵਲ ਸੀ। ਜਦੋਂ ਡਿਸਕਾਊਂਟ ਕਰਾਇਆ ਗਿਆ ਉਦੋਂ ਡਰਾਈ ਦੀ ਬੁਕਸ ਕੋਈ ਐਂਟਰੀ ਨਹੀਂ ਹੁੰਦੀ। ਦੇਖੋ ਇੱਥੇ ਕੋਈ ਐਂਟਰੀ ਨਹੀਂ ਹੈ ਡਿਸਕਾਊਂਟ ਦੀ। ਪੇਮੈਂਟ ਦਾ ਟਾਈਮ ਆਇਆ ਡਿਊ ਡੇਟ ਕੈਲਕੂਲੇਟ ਕਰੋ 1 ਸੈਪਟੈਂਬਰ ਤੋਂ 3 ਮਹੀਨੇ ਬਾਅਦ 1 ਅਕਤੂਬਰ 1 ਨਵੰਬਰ 1 ਦਸੰਬਰ 3 ਮਹੀਨੇ ਹੋ ਗਏ 3 ਦਿਨ ਗ੍ਰੇਸ ਦੇ 1 ਦਸੰਬਰ ਤੇ 3 ਜਨਵਰੀ ਐਡ ਕੀਤੇ ਤਾਂ 4 ਦਸੰਬਰ ਹੋ ਗਈ ਡਿਊ ਡੇਟ ਬਿੱਲ ਪੇ ਕਰਤਾ ਬਿੱਲ ਪੇ ਵਾਲ ਅਕਾਊਂਟ ਡੈਬਿਟ ਟੂ ਬੈਂਕ ਕਲੀਅਰ ਓਕੇ 3000 3000 ਸੋ ਸਟੂਡੈਂਟਸ ਇਨ ਅ ਡਿਫਰੈਂਟ ਕੁਐਸਚਨ ਬੇਸਿਕ ਕੰਟੈਂਟਸ ਨੇ ਅਗੇ ਟਫ ਕੁਐਸਚਨਸ ਵੀ ਹੁੰਦੇ ਨੇ ਉਹਨਾਂ ਨੂੰ ਮੈਂ ਅਨਵਰਲੀ ਵੀਡੀਓ ਦੇ ਵਿੱਚ ਡਿਸਕਸ ਕਰਦਾ ਹਾਂ ਹੋਰ ਸਰਟਨ ਕੰਡੀਸ਼ਨਸ ਹੁੰਦੀਆਂ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਸੋ ਸਟੂਡੈਂਟਸ ਆਈ ਥਿੰਕ ਦਾ ਹੋਲ ਕਨਸੈਪਟ ਇਜ਼ ਕੁਆਇਟ ਕਲੀਅਰ ਬਟ ਆ ਇੰਪੋਰਟੈਂਟ ਇਸ਼ੂ ਹੈ ਨੰਮਰਿਕਲ ਕੁਐਸਚਨਸ ਨੂੰ ਧਿਆਨ ਨਾਲ ਦੇਖੋ ਜੇ ਬੇਸਿਕ ਸਿੱਖਣਾ ਹੈ ਤਾਂ 34 ਇਹ ਵੀਡੀਓ ਜ਼ਰੂਰ ਦੇਖੋ ਜੋ ਇਸ ਤੋਂ ਪਹਿਲਾਂ ਵਾਲੀ ਹੈ 35 ਇਹ ਹੈ ਇਸ ਤੋਂ ਬਾਅਦ ਹੋਰ ਕੰਡੀਸ਼ਨਸ ਹੁੰਦੀਆਂ ਨੇ ਬਿਲੋਫ ਐਕਸਚੇਂਜ ਦੀਆਂ ਉਹਨਾਂ ਦੀ ਗੱਲ ਨੈਕਸਟ ਵੀਡੀਓਜ਼ ਦੇ ਵਿੱਚ ਨੇ ਥੈਂਕ ਯੂ ਵੈਰੀ ਮੱਚ ਉਹਨਾਂ ਦਾ ਵੀ ਸਬਸਕ੍ਰਾਈਬ ਕਰੋ ਪੁਰਾਣੀਆਂ ਵੀਡੀਓਜ਼ ਵੀ ਦੇਖੋ ਇਸ ਚੈਨਲ ਦੇ ਉੱਤੇ ਇਕਨੋਮਿਕਸ ਅਕਾਊਂਟੈਂਸੀ ਯਾ ਕਮਰਸ ਦੇ ਦੂਸਰੇ ਸਬਜੈਕਟਸ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਨੇ ਮੋਟੀਵੇਸ਼ਨਲ ਵੀਡੀਓਜ਼ ਨੇ ਉਹਨਾਂ ਨੂੰ ਵੀ ਦੇਖੋ ਥੈਂਕ ਯੂ ਵੈਰੀ